अज मैं अपने परिवार दे नाल वोट पाउणा है। सो वोटा पाइया ने साडा राइट आ वोट पाउणा। सो मैं ते सारयां नूं रिक्वेस्ट करांगा कि सारयां नूं अपनी वोट दा अधिकार आ, सारयां नूं वोट जिहड़ी आ ओह पाउणी चाहीदी आ। सो अज साडे कांग्रेस दे कैंडीडेट ने इस कंस्टीचुएंसी च, सो मैं अज वोट पाउणा आया इत्थे परिवार दे नाल। वेखो वोट सारयां नूं साडे डेमोक्रेसी दा इह राइट मिलिया सारयां नूं। सो सारयां नूं अपनी वोट जिहड़ी आ पाउणी चाहीदी आ। वेखो नौजवान जेडे ने साडे देश दा भविख ने। सो नौजवान हमेशा ही अगे आउंदे ने। सो वोट दा अधिकार ते नौजवानां नूं वी बराबर ही है। सो मैं वेख रहा बहुत नौजवान बड़ी वड्डी गिनती च वोट पाउण आ रहे ने। ਤਾਂ ਪੰਜਾਬ ਦੇ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਪਰਿਵਾਰ ਸਮੇਤ ਵੋਟ ਪਾਉਣ ਦੇ ਲਈ ਆਏ ਨੇ। ਡੈਮੋਕ੍ਰੇਸੀ ਦਾ ਜੋ ਮੇਲਾ ਲੋਕਤੰਤਰ ਦਾ ਉਸ ਦੇ ਵਿੱਚ ਹਿੱਸਾ ਲੈਣ ਆਏ ਨੇ। ਸੋਨੀ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਸੋਨੀ ਸਾਹਿਬ, ਪਹਿਲੀ ਗੱਲ ਤਾਂ ਤੁਸੀਂ 6ਵੀਂ ਵਾਰੀ ਚੋਣ ਲੜ ਰਹੇ ਹੋ, 5 ਚੋਣਾਂ ਦੇ ਲਗਾਤਾਰ ਜਿੱਤੀਆਂ, ਅੱਜ ਕੀ ਸੋਚ ਕੇ ਜਿਹੜੀ ਪਰਿਵਾਰ ਦੇ ਨਾਲ ਵੋਟ ਪਾਉਣ ਸਭ ਤੋਂ ਪਹਿਲਾਂ ਤੁਸੀਂ ਆਏ? ਵੇਖੋ, ਵੋਟ ਪਾਉਣਾ ਸਾਡਾ ਰਾਈਟ ਹੈ। ਸਾਨੂੰ ਸਾਰਿਆਂ ਨੂੰ ਆਪਣੀ ਵੋਟ ਦੀ ਵਰਤੋਂ ਕਰਨੀ ਚਾਹੀਦੀ ਹੈ, ਵੋਟ ਪਾਉਣੀ ਚਾਹੀਦੀ ਹੈ। ਸਾਡੀ ਡੈਮੋਕ੍ਰੇਸੀ ਨੇ ਸਾਨੂੰ ਇਹ ਰਾਈਟ ਦਿੱਤਾ। ਸਾਡੀਆਂ ਵੋਟਾਂ ਨਾਲ ਸਰਕਾਰਾਂ ਬਣਦੀਆਂ ਨੇ। ਸੋ ਲੋਕਾਂ ਨੇ ਫੈਸਲਾ ਕਰਨਾ ਹੁੰਦਾ ਕਿ ਸਥਿਰ ਸਰਕਾਰ ਦੀ ਸਟੇਟਾਂ 'ਚ ਬਹੁਤ ਵੱਡੀ ਸਾਰਿਆਂ ਨੂੰ ਜ਼ਰੂਰਤ ਹੈ। ਸੋ ਲੋਕਾਂ ਨੇ ਫੈਸਲਾ ਕਰਨਾ ਕਿ ਕਿਹੜੀ ਪਾਰਟੀ ਠੀਕ ਕੰਮ ਕਰ ਸਕਦੀ ਹੈ ਪੰਜਾਬ ਲਈ। ਸੋ ਮੈਂ ਸਮਝਦਾ ਜਿਹੜੀ ਆ ਉਹ ਜ਼ਰੂਰ ਪਾਉਣੀ ਚਾਹੀਦੀ ਅੱਜ ਦੇ ਦਿਨ। ਸਰ, ਵੋਟਰ ਦੇ ਲੰਬੇ ਸਮੇਂ ਤੋਂ ਵੋਟਿੰਗ ਦੀ ਪ੍ਰਕਿਰਿਆ 'ਚ ਤੁਸੀਂ ਹਿੱਸਾ ਲੈ ਰਹੇ ਹੋ, 92-97, ਇਸ ਸਮੇਂ ਦੌਰਾਨ ਵੋਟਰ ਦੇ ਮਨ ਦੇ ਵਿੱਚ ਕੋਈ ਤਬਦੀਲੀ ਲੱਗਦੀ ਤੁਹਾਨੂੰ, ਕਿਉਂਕਿ ਤੁਸੀਂ ਸੰਪਰਕ ਕਰਦੇ ਰਹਿੰਦੇ ਵੋਟਰ ਵੋਟ ਪਾਉਣ ਲੱਗੇ ਕੋਈ ਸਮੇਂ ਦੇ ਨਾਲ ਸੋਚਦਾ, ਜਾਂ ਮਾਡਰਨ ਯੁੱਗ ਦੇ ਵਿੱਚ ਵੋਟਰ ਅਜੇ ਵੀ ਕੋਈ ਨਵੀਆਂ ਗੱਲਾਂ ਮੰਗਦਾ? ਵੇਖੋ, ਲੋਕ ਜਿਹੜੇ ਨੇ, ਲੋਕ ਹਮੇਸ਼ਾ ਇੱਕ ਚੀਜ਼ ਵੇਖਦੇ ਨੇ। ਸਰਕਾਰਾਂ ਦੇ ਬੜੀਆਂ ਆਸਾਂ ਉਮੀਦਾਂ ਹੁੰਦੀਆਂ ਲੋਕਾਂ ਨੂੰ। ਸੋ ਡਿਵੈਲਪਮੈਂਟ ਦੇ ਨਾਲ ਨਾਲ ਅਮਨ ਸ਼ਾਂਤੀ ਨੂੰ ਬਹਾਲ ਰੱਖਣਾ ਸਰਕਾਰਾਂ ਦਾ ਕੰਮ ਹੁੰਦਾ। ਸੋ ਲੋਕ ਜਿਹੜੀ ਪਾਰਟੀ ਜਿਹੜੀ ਆ ਲੋਕਾਂ ਦੀਆਂ ਆਸਾਂ ਉਮੀਦਾਂ ਦੇ ਕਦੀ ਉਤਰਦੀ ਹੈ, ਸੋ ਲੋਕ ਉਹਨੂੰ ਪਸੰਦ ਕਰਦੇ ਨੇ। ਸੋ ਕਾਂਗਰਸ ਪਾਰਟੀ ਨੇ ਹਮੇਸ਼ਾ ਅਮਨ ਅਤੇ ਸ਼ਾਂਤੀ ਨੂੰ ਬਰਕਰਾਰ ਰੱਖਿਆ। ਸੋ ਹਮੇਸ਼ਾ ਜਦੋਂ ਵੀ ਪਾਵਰ 'ਚ ਆਈ ਆ, ਉਸ ਵੇਲੇ ਸਟੇਟ ਦੀ ਡਿਵੈਲਪਮੈਂਟ ਹੋਈ ਆ, ਸੈਂਟਰ ਦੀ ਡਿਵੈਲਪਮੈਂਟ ਹੋਈ ਆ। ਸੋ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਡਿਵੈਲਪਮੈਂਟ ਕਰਾਉਣੀ ਆ, ਉਹਨਾਂ ਨੇ ਅਮਨ ਅਤੇ ਸ਼ਾਂਤੀ ਨੂੰ ਬਾਹਰ ਰੱਖਣਾ ਸਟੇਟ ਦੀ ਨੂੰ। ਸੋ ਲੋਕਾਂ ਨੂੰ ਸੋਚ ਸਮਝ ਕੇ ਫੈਸਲਾ ਲੋਕ ਲੈਂਦੇ ਨੇ। ਸੋ ਮੈਨੂੰ ਮੇਰਾ ਵੀ ਲੋਕ ਬਹੁਤ ਇੰਟੈਲੀਜੈਂਟ, ਬਹੁਤ ਸਿਆਣੇ ਨੇ, ਸੋਚ ਸਮਝ ਕੇ ਅੱਜ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਨੌਜਵਾਨ ਵੋਟਰਾਂ ਨੂੰ ਕੀ ਕਹਿਣਾ ਚਾਹੁੰਦੇ, ਨੌਜਵਾਨ ਦੇ ਬਾਰੇ? ਵੇਖੋ, ਨੌਜਵਾਨਾਂ ਨੂੰ ਵੀ ਬਰਾਬਰ ਦਾ ਰਾਈਟ ਹੈ ਵੋਟ ਪਾਉਣ ਦਾ। ਸੋ ਨੌਜਵਾਨਾਂ ਦੀ ਜਿਹੜੀ ਸੋਚ ਆ ਉਹ ਸਟੇਟ ਪ੍ਰਤੀ ਆ, ਦੇਸ਼ ਪ੍ਰਤੀ ਆ। ਸੋ ਨੌਜਵਾਨਾਂ ਨੇ ਫੈਸਲਾ ਕਰਨਾ ਹੁੰਦਾ। ਸੋ ਨੌਜਵਾਨ ਜਿਹੜੇ ਨੇ ਉਹ ਅੱਜ ਵੋਟ ਪਾਉਣ ਨੂੰ ਆ ਰਹੇ ਨੇ। ਸੋ ਬੜਾ ਉਹਨਾਂ 'ਚ ਉਤਸ਼ਾਹ ਹੈ। ਤਾਂ ਉਹ ਵੀ ਸੋਨੀ ਦੇ ਪਰਿਵਾਰਕ ਮੈਂਬਰ ਵੀ ਨਾਲ ਨੇ, ਕੀ ਕਹਿਣਾ ਚਾਹੁੰਦੇ, ਕੀ ਨਾਮ ਹੈ ਜੀ? ਕੀ ਕਹਿਣਾ ਚਾਹੁੰਦੇ ਸੋਨੀ ਜੀ ਅੱਜ ਸੋਨੀ ਸਾਹਿਬ ਦੇ ਨਾਲ? ਬਸ ਇਹੀ ਹੈ, ਲੋਕ ਉਤਸ਼ਾਹ ਨਾਲ ਵੋਟ ਪਾਉਣ ਔਰ ਸੋਚ ਸਮਝ ਕੇ ਦੇਖ ਕੇ ਵੀ ਜਿਹੜੀ ਪਾਰਟੀ ਉਹਨਾਂ ਦੇ ਕੰਮ ਕਰ ਰਹੀ ਹੈ ਉਹਨੂੰ ਡਾਲਣ। ਤਾਂ ਇਹ ਪਰਿਵਾਰਕ ਮੈਂਬਰ ਸਾਰੇ ਉਹ ਵੀ ਸੋਨੀ ਦੇ ਵੋਟ ਪਾਉਣ ਆਏ ਨੇ। ਉਹਨਾਂ ਦਾ, ਸੋਨੀ ਸਾਹਿਬ ਦਾ ਕਹਿਣਾ ਹੈ ਕਿ ਵੋਟਰ ਹਮੇਸ਼ਾ ਸੂਬੇ ਦੀ ਤਰੱਕੀ ਮੰਗਦਾ ਹੈ, ਦੇਸ਼ ਦਾ ਵਿਕਾਸ ਮੰਗਦਾ ਹੈ। ਤਾਂ ਇਸ ਕਰਕੇ ਅਸੀਂ ਸਾਰਿਆਂ ਨੂੰ ਵੋਟਿੰਗ ਪ੍ਰਕਿਰਿਆ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਬਜ਼ੁਰਗ ਵੋਟਰ ਵੀ ਇਸ ਪਾਸੇ ਦੇਖ ਸਕਦੇ ਹੋ, ਆ ਰਹੇ ਨੇ ਖੁਦ ਜਿਹੜੇ ਮੁਲਾਜ਼ਮ ਨੇ, ਸੁਰੱਖਿਆ ਮੁਲਾਜ਼ਮ, ਉਹਨਾਂ ਨੂੰ ਨਾਲ ਲੈ ਕੇ ਜਾਂਦੇ ਹੋਏ ਤਾਂ ਇੱਕ ਖੂਬਸੂਰਤ ਇਹ ਤਸਵੀਰਾਂ ਨੇ ਚੋਣ ਕਮਿਸ਼ਨ ਦੀਆਂ ਜੋ ਹਦਾਇਤਾਂ ਸੀ, ਤਾਂ ਉਹ ਵੀ ਸੋਨੀ
ਰਾਣੀਕਾ ਬਾਗ ਦੇ ਵਿੱਚ ਸੈਂਟ ਫਰਾਂਸਿਸ ਸਕੂਲ ਦੇ ਵਿੱਚ ਵੋਟਿੰਗ ਕਰਨ ਦੇ ਲਈ ਪਹੁੰਚੇ ਨੇ। ਕੈਮਰਾ ਪਰਸਨ ਸਿਕੰਦਰ ਦੇ ਨਾਲ ਗਗਨਦੀਪ ਸ਼ਰਮਾ, ABP ਸਾਂਝਾ, ਅੰਮ੍ਰਿਤਸਰ।